بسم الله الرحمن الرحيم شروع اللہ کے نام سے جو بڑا مہربان نہایت رحم والا ہے۔ مناظر اسلام، رئیس المناظرین، شمس العلماء، محترم جناب حافظ عمر صدیق صاحب تشریف فرمانے، انہ دے حکم دے مطابق میں ویسے ذاتی طور تے نہیں پسند کرتا، جب علماء دے کہ سلسلہ چلتا ہوئے نا پھر تقاریر ہی ہونیاں چاہی دیاں نے، علماء تے علماء لگے ہی آنے چاہی دیں، لیکن چونکہ محترم حافظ صاحب دا حکم ہے میں نعت واسطے دعوت دیاں گا۔ ساڑے گجران والے تو آئے ہوئے مہمان مولانا حبیب الرحمان ترمذی صاحب، آ کے تانوں پیارے پیغمبر علیہ السلام دی نعت سنا۔ نعرہ تکبیر شان مصطفیٰ، محفل وچ آقا دی گل بات ضروری ہے، محفل وچ آقا دی گل بات ضروری ہے، محفل وچ آقا دی گل بات ضروری ہے، جیویں حمد ضروری ہے، جیویں حمد ضروری ہے، اوویں نعت ضروری ہے، محفل وچ آقا دی گل بات ضروری ہے، محفل وچ آقا دی گل بات ضروری ہے، اور کوئی من یا نہ من ساڈا تے عقیدہ ہے، کوئی من یا نہ من ساڈا تے عقیدہ ہے، او دا ذکر او دا چرچا، او دا ذکر او دا چرچا، دن رات ضروری ہے۔ پھر کہہ دیو سبحان اللہ، او دا ذکر او دا چرچا، دن رات ضروری ہے، او دا ذکر او دا چرچا، دن رات ضروری ہے، کوئی من یا نہ من ساڈا تے عقیدہ ہے، او دا ذکر او دا چرچا، دن رات ضروری ہے، محفل وچ آقا دی گل بات ضروری ہے، او منکر من جاؤ آقا دی نبوت نو، او منکر من جاؤ آقا دی نبوت نو، بخشش لئی قیامت نو، بخشش لئی قیامت نو، او دی ذات ضروری ہے، بخشش لئی قیامت نو، او دی ذات ضروری ہے۔ پھر میں کیوں نہ آقا دی شان اندر تہانوں پڑھ کے نہ سنا دیاں، آ تینوں شان سناواں شان پیر دیا بدر منیر دیا، ساڈیاں تے اللہ سونے عزت ودائیاں نے، ساڈیاں تے اللہ سونے عزت ودائیاں نے، سنت رسول دیاں ساڈے حصے آئیاں نے، سنت رسول دیاں ساڈے حصے آئیاں نے، کیوں بدتاں تے عمل کماواں، کیوں رسم پیچھے لگ جاواں شان پیر دیاں بدر منیر دیاں، اور سارے صحابہ مدنی دے پیروکار نے، سارے صحابہ مدنی دے پیروکار نے، ود ایک دوجے کولو مدنی دے یار نے،
ਵੱਧ ਇੱਕ ਦੂਜੇ ਕੋਲੋਂ ਮਦਨੀ ਦੇ ਯਾਰ ਨੇ ਉਹ ਨਵਾਰੀਆਂ ਨਬੀ ਉਤੋਂ ਮਾਵਾਂ ਉਹ ਨਵਾਰੀਆਂ ਨਬੀ ਉਤੋਂ ਮਾਵਾਂ ਸ਼ਾਨਾ ਪੀਰ ਦੀਆਂ ਬਦਰ ਮੁਨੀਰ ਦੀਆਂ ਔਰ ਸੋਨਾ ਮੱਕੀ ਮਦਨੀ ਹੈ ਪੀਰ ਬਣਾਇਆ ਏ ਅਸਮ ਕੀ ਮਦਨੀ ਹੈ ਪੀਰ ਬਣਾਇਆ ਏ ਪਟਕਾ ਮੁਹੰਮਦ ਦਾ ਗਲ ਵਿੱਚ ਪਾਇਆ ਏ ਪਟਕਾ ਮੁਹੰਮਦ ਦਾ ਗਲ ਵਿੱਚ ਪਾਇਆ ਏ ਪਟਕਾ ਮੁਹੰਮਦ ਦਾ ਗਲ ਵਿੱਚ ਪਾਇਆ ਏ ਐਸਾ ਰਾਹਬਰ ਕਿਥੋਂ ਲਿਆਵਾਂ ਸ਼ਾਨਾ ਪੀਰ ਦੀਆਂ ਬਦਰ ਮੁਨੀਰ ਦੀਆਂ ਔਰ ਕਿਵੇਂ ਪੇਸ਼ ਕਰਾਂ ਤੇਰੇ ਅੱਗੇ ਉਹਦੀ ਸ਼ਾਨ ਨੂੰ ਕਿਵੇਂ ਪੇਸ਼ ਕਰਾਂ ਤੇਰੇ ਅੱਗੇ ਉਹਦੀ ਸ਼ਾਨ ਨੂੰ ਪੜ ਕੇ ਤੇ ਵੇਖ ਜ਼ਰਾ ਰੱਬ ਦੇ ਕੁਰਾਨ ਨੂੰ ਕਹਿ ਦਿਓ ਸੁਭਾਨ ਅੱਲਾਹ ਕਿਵੇਂ ਪੇਸ਼ ਕਰਾਂ ਤੇਰੇ ਅੱਗੇ ਉਹਦੀ ਸ਼ਾਨ ਨੂੰ ਪੜ ਕੇ ਤੇ ਵੇਖ ਜ਼ਰਾ ਰੱਬ ਦੇ ਕੁਰਾਨ ਨੂੰ ਪੜ ਕੇ ਤੇ ਵੇਖ ਜ਼ਰਾ ਰੱਬ ਦੇ ਕੁਰਾਨ ਨੂੰ ਹੁਣ ਉਹਨੂੰ ਜਾਵਾਂ ਕਿੱਥੇ ਜਾਵਾਂ ਛੱਡ ਕੇ ਜਾਵਾਂ ਸ਼ਾਨਾ ਪੀਰ ਦੀਆਂ ਬਦਰ ਮੁਨੀਰ ਦੀਆਂ ਇਸ ਨਾਂ ਦਾ ਆਖਰੀ ਸ਼ੇਰ ਪੇਸ਼ ਕਰਨ ਲੱਗਾ ਵਾ ਜਿਹੜਾ ਜਿਹੜਾ ਸਮਝਦਾ ਕਿ ਸਾਡੇ ਇਮਾਮ ਜਨਾਬ ਮੁਹੰਮਦ ਨੇ ਸੱਲੱਲਾਹੁ ਅਲੈਹਿ ਵਸੱਲਮ ਇਹ ਸ਼ੇਰ ਸੁਣ ਕੇ ਦੋਵੇਂ ਹੱਥ ਬੁਲੰਦ ਕਰਕੇ ਕਹਿ ਦੇਣਾ ਸੁਭਾਨ ਅੱਲਾਹ ਕਿ ਕਸਮ ਖੁਦਾ ਦੀ ਇਹ ਅਕੀਦਾ ਸਾਡਾ ਸੁੱਚਾ ਏ ਕਸਮ ਖੁਦਾ ਦੀ ਇਹ ਅਕੀਦਾ ਸਾਡਾ ਸੁੱਚਾ ਏ ਕਸਮ ਖੁਦਾ ਦੀ ਇਹ ਅਕੀਦਾ ਸਾਡਾ ਸੁੱਚਾ ਏ ਕਿ ਸਾਰਿਆਂ ਇਮਾਮਾਂ ਚੋਂ ਇਮਾਮ ਸਾਡਾ ਉੱਚਾ ਏ ਕਿ ਸਾਰਿਆਂ ਇਮਾਮਾਂ ਚੋਂ ਇਮਾਮ ਸਾਡਾ ਕਿ ਸਾਰਿਆਂ ਇਮਾਮਾਂ ਚੋਂ ਇਮਾਮ ਸਾਡਾ ਉੱਚਾ ਏ ਕਿ ਸਾਰਿਆਂ ਇਮਾਮਾਂ ਚੋਂ ਇਮਾਮ ਸਾਡਾ ਉੱਚਾ ਏ ਉਹਦੇ ਕਦਮਾਂ ਉਹਦੇ ਕਦਮਾਂ ਉਹਦੇ ਕਦਮਾਂ ਵਿੱਚ ਰੁੱਲ ਜਾਵਾਂ ਉਹਦੇ ਕਦਮਾਂ ਵਿੱਚ ਰੁੱਲ ਜਾਵਾਂ ਸ਼ਾਨਾ ਪੀਰ ਦੀਆਂ ਬਦਰ ਮੁਨੀਰ ਦੀਆਂ ਆ ਤੈਨੂੰ ਸ਼ਾਨ ਸੁਣਾਵਾਂ ਸ਼ਾਨਾ ਪੀਰ ਦੀਆਂ ਬਦਰ ਮੁਨੀਰ ਦੀਆਂ ਹਾਫਜ਼ ਸਾਹਿਬ ਨੇ ਸਿਫਾਰਿਸ਼ ਕੀਤੀ ਤੇ ਚੰਗੀ ਕੀਤੀ ਅਲਹਮਦੁਲਿਲਾ ਹੁਣ ਮੈਂ ਕਿ ਨਾਲ ਥੋੜੀ ਇਹ ਗੱਲ ਕਰਨੀ ਚਾਹਨਾ ਹਜ਼ਰਾਤ ਔਰ ਨਾਤ ਸੁਣਨੀ ਜੇ ਤੇ ਤਾਂ ਵੀ ਅਹਿਲੇ ਹਦੀਸਾਂ ਕੋ ਲਾਓ ਤੋਹੀਦ ਸੁਣਨੀ ਹੈ ਤੇ ਅਹਿਲੇ ਹਦੀਸਾਂ ਕੋ ਲਾਓ ਨਾਤ ਸੁਣਨੀ ਹੈ ਤੇ ਅਹਿਲੇ ਹਦੀਸਾਂ ਕੋ ਲਾਓ ਇਹ ਕੀ ਆ ਟਨ ਟਨ ਟਣਾ ਟਨ ਓਏ ਨਾਤਾਂ ਪੜ੍ਹਨੇ ਅੱਲਾਹ ਦੇ ਫਜ਼ਲ ਨਾਲ ਅਸੀਂ ਖੱਚਾ ਨਹੀਂ ਮਾਰਦੇ ਨਾਤ ਪੜ੍ਹਨੇ ਆ ਨਾਤ ਉਹ ਜਿਹੜੀ ਹਕੀਕੀ ਨਾਤ ਏ ਔਰ ਇੱਕ ਇੱਕ ਜੁਮਲਾ ਸੋਹਣੇ ਨਬੀ ਦੀ ਮੁਹੱਬਤ ਦੇ ਅੰਦਰ ਇੰਜ ਰਚਿਆ ਤੇ ਬਸਿਆ ਅੱਲਾਹ ਦੀ ਤੌਫੀਕ ਦੇ ਨਾਲ